ਹੇ ਨਮਸਕਾਰ ਅਸਲਾਮੁਅਲੈਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਡੀ ਸੇਵਾ ਦੇ ਵਿੱਚ ਵੈਦ ਰੂਬਲ ਕਲੀਨਿਕ ਤੋਂ ਵੈਦ ਰੂਬਲ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕੜੀ ਪੱਤੇ ਦੇ ਉੱਤੇ ਕੜੀ ਪੱਤਾ ਜਿਹੜਾ ਇਹ ਇੰਡੀਆ ਚ ਨਹੀਂ ਪੂਰੇ ਵਰਲਡ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਦਾਲ ਸਬਜ਼ੀ ਦੇ ਵਿੱਚ ਕੜੀ ਪੱਤਾ ਪਾਇਆ ਜਾਂਦਾ ਖਾਸ ਕਰ ਸਾਊਥ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਦਾਲ ਸਬਜ਼ੀ ਜਿਹੜੀ ਹੈ ਉਹ ਕੜੀ ਪੱਤੇ ਤੋਂ ਬਿਨਾਂ ਨਹੀਂ ਬਣਦੀ ਕਿਉਂਕਿ ਕੜੀ ਪੱਤਾ ਜਿਹੜਾ ਪੇਟ ਦੇ ਰੋਗਾਂ ਨੂੰ ਲਿਵਰ ਦੇ ਰੋਗਾਂ ਨੂੰ ਠੀਕ ਕਰਦਾ ਸੋ ਸਵਾਦ ਵੀ ਆਉਂਦਾ ਤੇ ਨਾਲੇ ਨਾਲੇ ਇਹਦੇ ਫਾਇਦੇ ਵੀ ਬਹੁਤ ਹੈ ਕੜੀ ਪੱਤੇ ਦੇ ਖਾਨ ਦੇ ਨਾਲ ਪੇਟ ਦੇ ਤੇ ਲਿਵਰ ਦੇ ਹਰ ਤਰ੍ਹਾਂ ਦੇ ਰੋਗ ਠੀਕ ਹੁੰਦੇ ਸੋ ਕੋਈ ਵੀ ਜਿਹੜੀ ਪ੍ਰੋਬਲਮ ਹੈ ਲਿਵਰ ਦੀ ਪ੍ਰੋਬਲਮ ਹੈ ਲਿਵਰ ਸਰੈਸਿਸ ਹੈ ਲਿਵਰ ਫੈਟੀ ਹੈ ਲਿਵਰ ਦੇ ਵਿੱਚ ਹੋਰ ਪ੍ਰੋਬਲਮ ਆ ਗਈ ਹੈ ਕੋਈ ਜਾਂ ਲਿਵਰ ਕੰਮ ਨਹੀਂ ਕਰ ਰਿਹਾ ਖੂਨ ਨਹੀਂ ਬਣਾ ਰਿਹਾ ਬਾਰ-ਬਾਰ ਸੈੱਲ ਘਟਦੇ ਆ ਬਾਰ-ਬਾਰ ਜਿਹੜਾ ਸਿਸਟਮ ਸਾਰਾ ਡਾਊਨ ਜਾਂਦਾ ਸੋ ਇਹਦੇ ਨਾਲ ਤੁਸੀਂ ਠੀਕ ਹੋ ਸਕਦੇ ਆ ਲੀਵਰ ਡੈੱਡ ਹੋ ਗਿਆ ਲੀਵਰ ਸ਼ਰਾਬ ਪੀ ਪੀ ਕੇ ਖਰਾਬ ਹੋ ਗਿਆ ਕੜੀ ਪੱਤਾ ਕਮਾਲ ਦੀ ਚੀਜ਼ ਹੈ ਕੜੀ ਪੱਤੇ ਦੇ ਫਾਇਦੇ ਹੀ ਫਾਇਦੇ ਆ ਸੋ ਕੜੀ ਪੱਤਾ ਜੇ ਤੁਸੀਂ ਤੁਹਾਨੂੰ ਭੁੱਖ ਨਹੀਂ ਲੱਗਦੀ ਅਫਾਰਾ ਪੈਂਦਾ ਥੋੜਾ ਜਿਹਾ ਖਾਦਿਆਂ ਗੱਲ ਨਹੀਂ ਬੰਦੀ ਥੋੜਾ ਜਿਹਾ ਖਾਦਿਆਂ ਪੇਟ ਭਰ ਜਾਂਦਾ ਪੇਟ ਫੁੱਲ ਜਾਂਦਾ बार-बार ਲੈਟਰਨ ਆਉਂਦੀ ਹੈ ਕਬਜ ਰਹਿੰਦੀ ਹੈ ਤੇ ਕੜੀ ਪੱਤੇ ਦਾ ਜਿਹੜਾ ਇਹ ਤੁਸੀਂ ਦਾਲ ਸਬਜ਼ੀ ਦੇ ਵਿੱਚ ਪਾ ਕੇ ਖਾਣਾ ਸ਼ੁਰੂ ਕਰ ਦਿਓ ਇਹਦੇ ਨਾਲ ਤੁਸੀਂ ਠੀਕ ਹੋ ਬੋਗੇ ਕੜੀ ਪੱਤਾ ਬੜੀ ਨਿਆਮਤ ਚੀਜ਼ ਆ ਕੜੀ ਪੱਤਾ ਜੰਗਲਾਂ ਦੇ ਵਿੱਚ ਆਮ ਹੀ ਹੈ ਤੁਹਾਡੇ ਘਰਾਂ ਦੇ ਵਿੱਚ ਵੀ ਲੱਗਾ ਹੋਏਗਾ ਪਰ ਤੁਸੀਂ ਸ਼ੋਅ ਵਾਸਤੇ ਲਾਨੇ ਆ ਇਹਨੂੰ ਖਾਣ ਵਾਸਤੇ ਨਹੀਂ ਕੜੀ ਪੱਤੇ ਦੀ ਇਕ ਟਾਣੀ ਲਓ ਟਾਣੀ ਲੈ ਕੇ ਤੇ ਉਹਨੂੰ ਤੁਸੀਂ ਪੂਰੀ ਇਦਾਂ ਪੱਤੇ ਜਿਹੜੇ ਐ ਇਦਾਂ ਕਰਕੇ ਪੂਰੇ ਤੇ ਦਾਲ ਸਬਜ਼ੀ ਦੇ ਵਿੱਚ ਪਾ ਲਓ ਧੋ ਕੇ ਚੰਗੀ ਤਰ੍ਹਾਂ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਬੜਾ ਫਾਇਦਾ ਹੋ ਜਾਂਦਾ ਔਰ ਉਹਦੇ ਨਾਲ ਪੇਟ ਦੇ ਰੋਗ ਡਾਈਜੈਸਟ ਸਿਸਟਮ ਜਿਹੜਾ ਸਵੇਰੇ ਸਵੇਰੇ ਅਸੀਂ ਰੋਜ਼ ਕੈਪਸੂਲ ਖਾਣੇ ਆ ਉਹ ਖਾਣ ਦੀ ਲੋੜ ਨਹੀਂ ਪੈਗੀ ਖੂਨ ਬਣੇਗਾ ਖੂਨ ਤਾਕਤ ਆਏਗੀ ਜੇ ਤੁਸੀਂ ਬਾਹਰ ਕੰਟਰੀ ਦੇ ਵਿੱਚ ਕਿਸੇ ਵੀ ਬੈਠੇ ਆ ਕੜੀ ਪੱਤੇ ਦੀ ਪ੍ਰੋਬਲਮ ਆ ਗਈ ਹੈ ਤੇ ਕੜੀ ਪੱਤਾ ਤੁਹਾਨੂੰ ਨਹੀਂ ਮਿਲ ਰਿਹਾ ਤੇ ਤੁਸੀਂ ਕੜੀ ਪੱਤੇ ਦੀਆਂ ਜਿਹੜੀਆਂ ਸਾਡੀਆਂ ਗੋਲੀਆਂ ਬਣੀਆਂ ਇਹ ਵੀ ਤੁਸੀਂ ਮਗਾ ਸਕਦੇ ਆ ਸੋ ਕੜੀ ਪੱਤੇ ਦੀਆਂ ਜਿਹੜੀਆਂ ਕੰਪਾਊਂਡ ਕੜੀ ਪੱਤੇ ਦੀਆਂ ਗੋਲੀਆਂ ਜਿਹੜੀਆਂ ਉਹ ਤੁਸੀਂ ਇਹ ਸਵੇਰੇ ਸ਼ਾਮ ਖਾਣੀਆਂ ਹੈਗੀਆਂ ਜੇ ਇੰਡੀਆ ਦੇ ਵਿੱਚ ਬੈਠੇ ਆ ਜਾਂ ਸਾਡੇ ਕਿਸੇ ਕਲੀਨਿਕ ਤੇ ਵੀ ਲਾਗੇ ਬੈਠੇ ਆ ਤੇ ਕੜੀ ਪੱਤੇ ਦਾ ਜਿਹੜਾ ਜੂਸ ਹੈ ਕੜੀ ਪੱਤਾ ਪਦੀਨਾ ਤੇ ਜਵੈਨ ਤਿੰਨਾਂ ਚੀਜ਼ਾਂ ਦਾ ਮਿਕਸ ਕਰਕੇ ਜੂਸ ਬਣਾਇਆ ਪੇਟ ਨੂੰ ਘਟਾਂਦਾ ਵੇਟ ਨੂੰ ਘਟਾਂਦਾ ਡਾਈਜੈਸਟ ਸਿਸਟਮ ਨੂੰ ਠੀਕ ਕਰਦਾ ਕੜੀ ਪੱਤਾ ਜਿਹੜਾ ਹੈਗਾ ਲੀਵਰ ਦੇ ਰੋਗਾਂ ਨੂੰ ਦੂਰ ਕਰਦਾ ਖੂਨ ਬਣਾਉਂਦਾ ਯੂਰਿਕ ਐਸਿਡ ਨੂੰ ਘਟਾਂਦਾ ਯੂਰੀਆ ਨੂੰ ਘਟਾਂਦਾ ਇਹਦੇ ਨਾਲ ਕੜੀ ਪੱਤੇ ਦੇ ਨਾਲ ਤੁਸੀਂ ਠੀਕ ਹੋ ਜਾਂਦੇ ਆ ਕੜੀ ਪੱਤਾ ਜਿਹੜਾ ਯੂਰਿਕ ਐਸਿਡ ਵਾਸਤੇ ਬਹੁਤ ਵਧੀਆ ਚੀਜ਼ ਆ ਬਾਰ ਬਾਰ ਯੂਰਿਕ ਐਸਿਡ ਵੱਧਦਾ ਬਾਰ ਬਾਰ ਤੁਹਾਡੇ ਹੱਡੀਆਂ 'ਚ ਦਰਦ ਹੁੰਦੀ ਆ ਤੁਹਾਡੇ ਗਿੱਟਿਆਂ 'ਚ ਦਰਦ ਹੁੰਦੀ ਆ ਸਵੇਰੇ ਉੱਠਦੇ ਆ ਪੈਰਾਂ 'ਚ ਦਰਦ ਹੁੰਦੀ ਆ ਹੱਡੀਆਂ 'ਚ ਦਰਦ ਹੁੰਦੀ ਆ ਕੜੀ ਪੱਤਾ ਖਾਣ ਦੇ ਨਾਲ ਉਹ ਠੀਕ ਹੋ ਜਾਂਦੀ ਸੋ ਕੜੀ ਪੱਤਾ ਜਿਹੜਾ ਹ ਉਹ ਸਾਡੇ ਕੋਲ ਗੋਲੀਆਂ ਵੀ ਜੂਸ ਵੀ ਅਵੇਲੇਬਲ ਆ ਕੜੀ ਪੱਤਾ ਤੁਹਾਡੇ ਘਰ ਜਾਂ ਤੁਹਾਡੇ ਨਜ਼ਦੀਕ ਹੀ ਹੋਊਗਾ ਉਹ ਤੁਸੀਂ ਲੈ ਕੇ ਇਹਨੂੰ ਯੂਜ਼ ਕਰ ਸਕਦੇ ਆ ਆਪਣੇ ਲੀਵਰ ਦੇ ਤੇ ਪੇਟ ਦੇ ਰੋਗਾਂ ਤੋਂ ਛਡਕਾਰਾ ਪਾ ਸਕਦੇ ਆ ਸੋ ਸਾਡੇ ਨਾਲ ਕੰਟੈਕਟ ਕਰਨ ਵਾਸਤੇ ਕੜੀ ਪੱਤੇ ਦੀਆਂ ਗੋਲੀਆਂ ਜਾਂ ਜੂਸ ਲੈਣ ਵਾਸਤੇ ਤੁਸੀਂ ਇੰਡੀਆ ਦੇ ਵਿੱਚ 70574 ਅੱਗੇ 0000050 ਜਾਂ ਤੁਸੀਂ ਸਾਡੇ ਲੁਧਿਆਣੇ ਕਲੀਨਿੰਗ ਤੇ 9905602000 ਤੇ ਗੱਲਬਾਤ ਕਰ ਸਕਦੇ ਆ ਜਾਂ ਟ੍ਰਾਂਟੋ ਵਾਲੇ ਜਿਹੜੇ ਸਾਡਾ ਕਲੀਨਿਕ ਹੈਗਾ 905 874 3333 ਤੇ ਗੱਲਬਾਤ ਕਰ ਸਕਦੇ ਆ ਮੇਰਾ ਜਿਹੜਾ ਕਲੀਨਿਕ ਵੈਨਕੂਵਰ ਦੇ ਵਿੱਚ ਸਰੀ ਦੇ ਵਿੱਚ ਹੈਗਾ 778 917 0444 ਦੇ ਉੱਤੇ ਗੱਲਬਾਤ ਕਰ ਸਕਦੇ ਆ ਜਾਂ ਫੇਸਬੁੱਕ YouTube ਦੇ ਉੱਤੇ ਵੈਦ ਰੂਬਲ ਟੀਵੀ ਚ ਪਾਓਗੇ ਤੇ ਸਾਰੀਆਂ ਵੀਡੀਓ ਜਿਹੜੀਆਂ ਤੁਹਾਨੂੰ ਆ ਜਾਣਗੀਆਂ ਸੋ ਅਸੀਂ ਇਹੋ ਹੀ ਕਹਿੰਨੇ ਆ ਦੇਸੀ ਖਾਓ ਰੋਗ ਭਜਾਓ ਤੇ ਤੰਦਰੁਸਤੀ ਪਾਓ ਇੰਨਾ ਹੀ ਕਾਫੀ ਸੀ ਅਗਲਾ ਪ੍ਰੋਗਰਾਮ ਲੈ ਕੇ ਕੱਲ ਨੂੰ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ